ਬਲਗੇਰੀਆ ਦੇ ਵਿੱਚ ਅੱਜ ਵੀ ਤੁਸੀਂ ਪੈਸੇ ਦੇ ਕੇ ਆਪਣਾ ਵਿਆਹ ਕਰ ਸਕਦੇ ਹਾਂ, ਜਾਣੀ ਕਿ ਆਪਣੀ ਵਾਈਫ ਖਰੀਦ ਸਕਦੇ ਹਾਂ। ਇਹ ਇੰਡੀਆ ਦੇ 20 ਰੁਪਏ ਦਾ ਵਾ, ਜਿਹੜਾ ਕਿ ਰਾਜਾ 1722 ਦੇ ਵਿੱਚ ਪੈਦਾ ਹੋਇਆ ਸੀ। 1773 ਦੇ ਵਿੱਚ ਕੋਈ ਡੈਥ ਹੋ ਗਈ ਸੀ, ਬਟ ਸੇਮ ਹੀ ਹੈ ਜਿਵੇਂ ਮਹਾਤਮਾ ਗਾਂਧੀ ਦੀ ਆਪਣੀ ਫੋਟੋ ਲੱਗਦੀ ਆ, ਉਹ ਰਾਜਾ ਤਾਂ ਨਹੀਂ ਸੀ। ਤੂਫਾਨ ਦਾ ਨਾਂ ਦੇ ਕੇ ਇਹਨਾਂ ਨੇ ਵਿਸਫੋਟ ਕੀਤਾ, ਸਾਰੀਆਂ ਮਸਜਿਦਾਂ ਢਾ ਦਿੱਤੀਆਂ ਗਈਆਂ। ਉਹ ਕੁਝ ਮੁਸਲਮਾਨ ਇੱਥੇ ਹੈਗੇ ਸੀ, ਉਹਨਾਂ ਦਾ ਕਰਕੇ ਬਚ ਗਈ। ਇਹ ਉਹ ਇਕਲੌਤੀ ਮਸਜਿਦ ਆ ਜਿੱਥੇ ਅੱਜ ਵੀ ਨਮਾਜ਼ ਪੜ੍ਹੀ ਜਾਂਦੀ ਆ, ਅੱਜ ਵੀ ਸਭ ਕੁਝ ਹੁੰਦਾ। ਓਕੇ ਬਾਈ, ਠੀਕ ਹੈ। ਗੁੱਡ ਮੋਰਨਿੰਗ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਥੋੜ੍ਹਾ ਗਲਾ ਜਿਹਾ ਠੀਕ ਨਹੀਂ ਹੈਗਾ ਅਤੇ ਬੋਲਿਆ ਘੱਟ ਜਾਂਦਾ ਪਿਆ। ਅੱਜ ਆ ਤੀਜਾ ਦਿਨ ਬਲਗੇਰੀਆ ਦੇ ਵਿੱਚ, ਅੱਜ ਜਾਵਾਂਗੇ ਵਰਨਾ, ਬੁਰਗਸ ਟੂ ਵਰਨਾ। ਹੁਣੇ ਹੁਣੇ ਉੱਠੇ ਸੀ ਅਤੇ ਹੁਣ ਬ੍ਰੇਕਫਾਸਟ ਕਰਨ ਲੱਗੇ। ਆਹ ਲੋਕੇਸ਼ਨ ਲੱਭੀ ਇੱਕ ਇੰਟਰਨੈਟ ਤੋਂ, ਕਾਫੀ ਸੋਹਣੀ ਆ, ਸਾਹਮਣੇ ਸਮੁੰਦਰ ਦਾ ਵਿਊ ਆ। ਖਾਣ ਨੂੰ ਤਾਂ ਕੁਛ ਮਿਲਿਆ ਨਹੀਂ, ਸਿਰਫ ਕੌਫੀ ਮਿਲੀ ਆ। ਇਹ ਕੌਫੀ ਹੈਗੀ ਤਕਰੀਬਨ 4 ਕੁ ਬਲਗੇਰੀਆਂ ਡੋਲਰ ਦੀ, ਇੰਡੀਆ ਦੇ 160 ਰੁਪਏ ਦੀ ਕੌਫੀ, ਯੂਰੋ 'ਚ 2 ਪਾਉਣ ਦੇ। ਠੀਕ ਆ ਕੌਫੀ, ਬਟ ਕੌੜੀ ਆ। ਮੈਂ 4 ਸ਼ੂਗਰ ਦੇ ਪੈਕਟ ਪਾ ਦਿੱਤੇ ਛੋਟੇ ਛੋਟੇ, ਬਟ ਅਜੇ ਵੀ ਇੰਨਾ ਮਿੱਠਾ ਨਹੀਂ ਹੋਇਆ, ਬਟ ਠੀਕ ਆ। ਯੂਰਪ ਦੇ ਇੱਕ ਸੁਪਰ ਮਾਰਕੀਟ ਆ ਲੀਡਲ ਜਿਹਦਾ ਨਾਮ ਆ, ਉਹ ਤਕਰੀਬਨ ਯੂਰਪ ਦੀ ਸਭ ਤੋਂ ਸਸਤੀ ਮਾਰਕੀਟ ਆ, ਅਤੇ ਉਹ ਦੇਖਣ ਆਏ ਸੀ, ਉੱਥੇ ਸ਼ੋਪਿੰਗ ਕਰਨ ਆਏ ਸੀ, ਅਤੇ ਦੇਖਿਆ ਕਾਫੀ ਸਸਤਾ ਜਾਣੀ ਕਿ ਲੀਡਲ ਦੇ ਵਿੱਚ ਸਮਾਨ। ਇਹ ਇੰਡੀਆ ਦੇ 20 ਰੁਪਏ ਦਾ ਵਾ ਅਤੇ ਯੂਰੋ ਦੇ 20 ਸੈਂਟ ਦਾ, ਕਾਫੀ ਸਸਤਾ, ਬਟ ਕੁਛ ਚੀਜ਼ਾਂ ਮਹਿੰਗੀਆਂ ਵੀ ਹੈਗੀਆਂ ਯਾਰ, ਜਾਣੀ ਕਿ ਕੁਛ ਚੀਜ਼ਾਂ ਰੇਟ ਸੇਮ ਹੀ ਆ, ਜਿੱਦਾਂ ਫਰੂਟ ਹੋ ਗਿਆ, ਕੁਛ ਫਰੂਟ ਜਿਹੜਾ ਸਸਤਾ, ਕੁਛ ਫਰੂਟ ਮਹਿੰਗਾ, ਬਾਕੀ ਕੁਰਾਸਾਂ ਵਗੈਰਾ ਕਾਫੀ ਸਸਤੇ ਆ, 35 ਸੈਂਟ, 89 ਸੈਂਟ। ਪੈਪਸੀ ਦੀ ਬੋਤਲ ਹੈਗੀ ਆ 179 ਦੀ, ਉਹ ਤਕਰੀਬਨ 90 ਸੈਂਟੀਆਂ, ਯੂਰੋ ਇੰਡੀਆ ਦੇ ਵਿੱਚ 80 ਰੁਪਏ ਦੀ ਬੋਤਲ। ਠੀਕ ਆ, ਜੈਨੂਅਨ ਆ, ਕਾਫੀ ਰੇਟ ਵਧੀਆ। ਬੀਅਰ ਵੀ ਕਾਫੀ ਸਸਤੀ ਆ ਇੱਥੇ, 1.19 ਲੀਵ ਦੀ ਲੱਗੀ ਹੋਈ ਆ, ਤਕਰੀਬਨ 60 ਸੈਂਟ ਦੀ। ਸਹੀ ਆ ਯਾਰ, 11 ਲੀਟਰ ਪਾਣੀ ਦੀ ਬੋਤਲ ਸਿਰਫ 1.5 ਯੂਰੋ ਦੀ। ਫਾਈਨਲੀ ਵਰਨਾ ਪਹੁੰਚ ਗਏ ਸੀ ਅਤੇ ਅਪਾਰਟਮੈਂਟ ਬੁੱਕ ਕਰ ਲਿਆ, ਸੋ ਕੁਝ ਇੱਦਾਂ ਦਾ ਦਿਖਦਾ ਅਪਾਰਟਮੈਂਟ। ਠੀਕ ਆ, ਇਹਦਾ ਬਾਥਰੂਮ ਆ, 2 ਬੈੱਡ ਆ ਵਿਦ ਕਿਚਨ। ਠੀਕ ਹੈ ਯਾਰ, ਵਰਨਾ ਸਿਟੀ 'ਤੇ ਰਾਤ ਦੇ ਨਜ਼ਾਰੇ ਕੁਝ ਇੱਦਾਂ ਦੇ ਆ, ਕਰਨ ਲੱਗੇ ਹਾਂ ਡਿਨਰ। ਕਾਫੀ ਵਧੀਆ ਰੇਟ ਆ ਯਾਰ, ਇਹ 560 ਰੁਪਏ ਦਾ ਆਇਆ ਇੰਡੀਆ ਦੇ, ਅਤੇ ਯੂਰੋ ਦੇ ਵਿੱਚ ਤਕਰੀਬਨ 6 ਯੂਰੋ ਬਣੇ। ਠੀਕ ਆ, ਹੁਣ ਖਾ ਕੇ ਦੇਖਦੇ ਹਾਂ ਕਿੱਦਾਂ ਦਾ ਸਵਾਦ। ਦੇਖ ਲਓ ਕਿਤੇ ਗੁਰੇ ਐਡਵਾਂਸ ਬੜੇ ਆ, ਪੱਤਿਆਂ ਨਾਲ ਹੱਥ ਸਾਫ਼ ਕਰਦਾ, ਟਿਸ਼ੂ ਮਿਲਿਆ ਨਹੀਂ।
ਦੇਖੋ ਬਿੱਲੀਆਂ ਫਾਈਨਲੀ ਚੈੱਕ ਆਊਟ ਕਰਤਾ ਸੀ ਅੱਜ ਆ ਮੇਰਾ ਵਰਨਾ ਦੇ ਵਿੱਚ ਦੂਜਾ ਦਿਨ ਅਤੇ ਮੈਂ ਜਾ ਰਿਹਾ ਸੋਫੀਆ ਯਾਰ ਬੈਕ ਜਾ ਰਿਹਾ ਕਿਉਂਕਿ ਮੈਨੂੰ ਨਾ ਰੈਸਟ ਜੀ ਬਹੁਤ ਲੋੜ ਸੀ ਰਾਤੀਂ ਰੈਸਟ ਕੀਤੀ ਬਸ ਅਸੀਂ ਹੋਰ ਕੁਛ ਨਹੀਂ ਕੀਤਾ ਨਾ ਜ਼ਿਆਦਾ ਘੁੰਮੇ ਬਸ ਰੈਸਟ ਕੀਤੀ ਅਤੇ ਹੁਣ ਸੋਫੀਆ ਜਾਊਂਗਾ ਸ਼ੂਟ ਕਰਨ ਵਾਲਾ ਕਾਫੀ ਰਹਿ ਗਿਆ ਸੀ ਗਲਾ ਵੀ ਮੇਰਾ ਕੰਮ ਨਹੀਂ ਕਰਨ ਦਿਆ ਅਤੇ ਤੁਹਾਨੂੰ ਮਿਲਦੇ ਹਾਂ ਸੋਫੀਆ ਦੇ ਵਿੱਚ ਆਫਟਰ ਬ੍ਰੇਕਫਾਸਟ ਆਪਾਂ ਕਿੰਟੂ ਨੂੰ ਵੀ ਬਾਏ ਕਰਾਂਗੇ ਆ ਜੋ ਤੁਸੀਂ ਦੇਖ ਰਹੇ ਹੋ ਪਿੱਛੇ ਇਹ ਵਰਨਾ ਸਿਟੀ ਦੀ ਬੈਸਟ ਟੂਰਿਸਟ ਅਟਰੈਕਸ਼ਨ ਆ ਇਹ ਇੱਕ ਚਰਚ ਵੀ ਆ ਅਤੇ ਇੱਕ ਹੋਟਲ ਵੀ ਆ ਤੁਸੀਂ ਇਹਦੇ ਵਿੱਚ ਰੂਮ ਬੁੱਕ ਵੀ ਕਰ ਸਕਦੇ ਆ ਬਟ ਮੈਂ ਦੇਖਿਆ ਸੀ ਕੋਈ ਇੰਨੇ ਖਾਸ ਨਹੀਂ ਹੈਗੇ ਜਾਣੀ ਕਿ ਓਲਡ ਟਾਈਪ ਆ ਜਿੱਦਾਂ ਕਿ ਕਲਚਰਲ ਹੁੰਦੇ ਆ ਓਕੇ ਬਾਈ ਬਾਏ ਠੀਕ ਹੈ ਯੂ ਟੂ ਹੈਵ ਅ ਨਾਈਸ ਟ੍ਰਿਪ ਬੀ ਕੇਅਰਫੁਲ ਟੂ ਦ ਸਟ੍ਰੀਟ ਥੈਂਕ ਯੂ ਜ਼ਰੂਰ ਐਂਡ ਮੇਬੀ ਲੇਟਰ and another moment yeah subscription to his channel because after I want money win money too yeah so, buddy oh my god yeah ciao be careful to the road the way love kinto nu kinto de hostel chhadta va bye karti ha kafi dil laga si yaar kinto na pata nahi laga 4-5 din kidda lange hun main chala 500 km sofia itho 500 km varna city to ਅਤੇ ਇਕੱਲੇ ਹੀ ਡਰਾਈਵ ਕਰੂੰਗਾ 6 ਘੰਟੇ ਲੱਗ ਜਾਣੇ ਬੜੇ ਆਰਾਮ ਨਾਲ ਹਾਂਜੀ 250 ਕਿਲੋਮੀਟਰ ਆ ਗਏ ਸੀ ਅਤੇ ਬ੍ਰੇਕ ਲਈ ਸੀ ਲੀਡਲ 'ਤੇ ਅਤੇ ਮਾਰਕੀਟ ਥੋੜ੍ਹਾ ਸਮਾਨ ਲੈ ਲਿਆ ਖਾਣ ਪੀਣ ਲਈ ਕਿਉਂਕਿ ਰਸਤਾ ਜ਼ਿਆਦਾ 550 ਕਿਲੋਮੀਟਰ ਦਾ ਸਫ਼ਰ ਕਰਕੇ ਅਤੇ ਹੁਣ ਪਹੁੰਚ ਚੁੱਕਾ ਮੈਂ ਬਲਗੇਰੀਆ ਦੀ ਕੈਪੀਟਲ ਸਿਟੀ ਦੇ ਵਿੱਚ ਜਦਕਿ ਮੈਂ ਪਹਿਲਾਂ 3 ਦਿਨ ਪਹਿਲਾਂ ਆਇਆ ਸੀ ਅਤੇ ਇੱਕੋ ਕੁਝ ਕਾਰਨਾਂ ਕਰਕੇ ਸ਼ੂਟ ਵੀ ਨਹੀਂ ਹੋਇਆ ਅਤੇ ਫਿਰ ਇੱਕ ਵਾਰੀ ਪਹੁੰਚ ਗਿਆ ਬਲਗੇਰੀਆ ਦੀ ਕੈਪੀਟਲ ਸਿਟੀ ਦੇ ਵਿੱਚ ਬਲਗੇਰੀਆ ਦੀ ਜਿਹੜੀ ਯਾਰ ਆਪਣੇ ਅਫੀਸ਼ੀਅਲ ਲੈਂਗੁਏਜ ਆ ਉਹ ਬਲਗੇਰੀਆ ਨਾਲ ਲਗਭਗ ਰਸ਼ੀਆ ਨਾਲ ਮਿਲਦੀ ਆ ਅਤੇ ਬਲਗੇਰੀਅਨ ਦੇ ਵਿੱਚ ਤੁਰਕਿਸ਼ ਵੀ ਬੋਲੀ ਜਾਂਦੀ ਆ ਰਸ਼ੀਅਨ ਵੀ ਬੋਲੀ ਜਾਂਦੀ ਆ ਅੱਜ ਉਹ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਸੋਫੀਆ ਦੀ ਮਸ਼ਹੂਰ ਚਰਚ ਆ ਸੋਫੀਆ ਦੇ ਵਿੱਚ ਕ੍ਰਿਸਚਨਾਂ ਦੀ ਗਿਣਤੀ ਜੋ ਹੈ ਉਹ 85% ਆ ਕਾਫੀ ਕ੍ਰਿਸਚਨ ਆ ਐਂਡ ਥੋੜ੍ਹੇ ਜਿਹੇ ਮੁਸਲਿਮ ਆ ਸਭ ਤੋਂ ਸੋਚਣ ਵਾਲੀ ਗੱਲ ਜਿਹੜੀ ਇਹ ਆ ਕਿ 14% ਬੰਦੇ ਜਿਹੜੇ ਇੱਥੇ ਆ ਉਹ ਕੋਈ ਧਰਮ ਨੂੰ ਨਹੀਂ ਮੰਨਦੇ ਇਹ ਚਰਚ ਦੇ ਸਾਹਮਣੇ ਇੱਕ ਛੋਟਾ ਜਿਹਾ ਪਾਸਾ ਵਾ ਕਾਫੀ ਫੈਮਿਲੀ ਟਾਈਪ ਮਾਹੌਲ ਆ 3 ਅਪ੍ਰੈਲ 1879 ਦੇ ਵਿੱਚ ਬਲਗੇਰੀਆ ਦੀ ਰਾਜਧਾਨੀ ਸੋਫੀਆ ਬਣੀ ਇਹ 143 ਸਾਲ ਪਹਿਲਾਂ ਹੀ ਬਣੀ ਆ ਅਤੇ ਇੱਥੇ ਇੱਕ ਤੁਹਾਨੂੰ ਮੈਂ ਦਿਖਾਊਂਗਾ ਸਾਹਮਣੇ ਗੋਲਡਨ ਲੇਡੀ ਆ ਉਹ ਬਹੁਤ ਮਸ਼ਹੂਰ ਆ ਉਹ ਇੱਕ ਹਿਸਟਰੀਗ੍ਰਾਫਰ ਆ ਜਾਣੀ ਕਿ ਉਹਨੇ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਕਾਫੀ ਆਪਣਾ ਯੋਗਦਾਨ ਪਾਇਆ ਉਹਨੂੰ ਗੋਲਡਨ ਲੇਡੀ ਵੀ ਕਹਿ ਦਿੰਦੇ ਆ ਅਤੇ ਹੁਣ ਅਸੀਂ ਦੇਖਦੇ ਹਾਂ ਸਾਹਮਣੇ ਇੱਕ ਮਸਜਿਦ ਆ ਅਤੇ ਉੱਧਰ ਵੀ ਜਾਂਦੇ ਹਾਂ ਪਿੱਛੇ ਤੁਸੀਂ ਦੇਖੀ ਜੋ ਤੁਸੀਂ ਪਿੱਛੇ ਅਜੇ ਵੀ ਦੇਖ ਰਹੇ ਹੋ ਉਹ ਹੈਗੀ ਹੈ ਚਰਚ ਇੱਥੋਂ ਦੀ ਬਹੁਤ ਮਸ਼ਹੂਰ ਚਰਚ ਆ ਅਤੇ ਮੈਂ ਤੁਹਾਨੂੰ ਹਿਸਟਰੀ ਵੀ ਇਹਦੀ ਪੜ੍ਹਾ ਦਿੰਦਾ ਤੁਸੀਂ ਪੌਜ਼ ਕਰਕੇ ਪੜ੍ਹ ਲਿਓ ਪੜ੍ਹ ਵੀ ਸਕਦੇ ਹੋ ਤੁਸੀਂ
ਹਿਸਟਰੀ ਹੈ ਇੱਥੋਂ ਦੀ। ਜਿਹੜੀ ਤੁਸੀਂ ਸਾਹਮਣੇ ਬੈਂਕ ਦੇਖ ਰਹੇ ਹੋ ਉਹ ਬਲਗੇਰੀਆ ਦੀ ਨੰਬਰ 1 ਬੈਂਕ ਆ, ਇਹਦਾ ਨਾਮ ਆ ਉਨੀ ਕ੍ਰੈਡਿਟ ਬੁੱਲ ਬੈਂਕ। ਇੱਥੇ ਯਾਰ ਡਰਾਮਾ ਕਾਫੀ ਚੱਲਦੀਆਂ, ਮਿੰਟ ਮਿੰਟ 'ਤੇ ਤੁਹਾਨੂੰ ਡਰਾਮਾ ਦੇਖਣ ਨੂੰ ਮਿਲ ਜੂਗੀਆਂ। ਉਹ ਦੇਖੋ ਇੱਕ ਤੁਸੀਂ ਦੇਖੋ ਸਾਹਮਣੇ ਵੀ ਡਰਾਮਾ ਆ ਰਹੀ ਆ, ਕਾਫੀ ਯਾਨੀ ਕਿ ਮੈਨੂੰ ਕਾਫੀ ਸ਼ਹਿਰ ਪਸੰਦ ਆਇਆ ਇਹ। ਬਟ ਜੇ ਤੁਸੀਂ ਦੇਖੋ ਹਿਸਟਰੀ ਵਜੋਂ ਦੇਖੋ ਤਾਂ ਤੁਹਾਨੂੰ ਇਹ ਸ਼ਹਿਰ ਕਾਫੀ ਪਸੰਦ ਆਊਗਾ। ਅਗਰ ਤੁਸੀਂ ਜਾਂਦੇ ਹਾਂ ਲਾਈਕ ਬੀਚ ਟੈਪ ਜਾਂ ਪਾਰਟੀ ਨਾਈਟ, ਤੁਹਾਨੂੰ ਬੁਰਗਸ ਜ਼ਿਆਦਾ ਪਸੰਦ ਆਊਗਾ। ਬਲਗੇਰੀਆ ਦੀ ਜੋ ਪਾਪੂਲੇਸ਼ਨ ਆ ਉਹ 6.4 million ਆ ਅਤੇ 64 lakh ਲੋਕ ਰਹਿੰਦੇ ਆ। ਜ਼ਿਆਦਾਤਰ ਲੋਕ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ, ਪਿੰਡਾਂ ਦੇ ਵਿੱਚ ਲੋਕ ਬਹੁਤ ਘੱਟ ਆ। ਮੈਂ ਡਰਾਈਵ ਕੀਤੀ ਬਲਗੇਰੀਆ ਦੇ ਵਿੱਚ ਤਕਰੀਬਨ 1200-1300 kilometers, ਬਟ ਬਹੁਤ ਲੋਕ ਘੱਟ ਦੇਖਣ ਨੂੰ ਮਿਲੇ। ਐਂਡ ਇਹਨਾਂ ਦੀ ਜਿਹੜੀ ਡਰਾਈਵ ਆ ਯਾਰ ਉਹ ਵੀ ਇੰਨੀ ਕੋਈ ਖਾਸ ਨਹੀਂ ਹੈਗੀ, ਜਾਣੀ ਕਿ ਇੰਡੀਆ ਵਾਂਗੂ ਹੀ ਆ। ਜਿੱਦਾਂ ਇੰਡੀਆ ਸੇਮ ਚਲਾਉਂਦੇ ਆ ਗੱਡੀ, ਜਿੱਥੋਂ ਮਰਜ਼ੀ ਕੱਢ ਲਓ ਉੱਥੋਂ ਹੀ ਨਿਕਲ ਜਾਂਦੀ ਹੈ। ਪਿੱਛੇ ਸਨਸੈੱਟ ਹੋ ਰਿਹਾ ਵਾ, ਟਾਈਮ ਹੋ ਗਿਆ ਸ਼ਾਮ ਦੇ 8:30 ਹੋਏ ਆ, ਲੇਕਿਨ ਅਜੇ ਵੀ ਦਿਨ ਚੜ੍ਹਿਆ, ਕਾਫੀ ਵਧੀਆ ਵਿਊ ਆ। ਬਲਗੇਰੀਆ ਦੀ ਜਿਹੜੀ ਅਫੀਸ਼ਲੀ ਕਰੰਸੀ ਹੈਗੀ ਆ ਉਹ ਹੈਗੀ ਆ ਲਿਵ। 1 ਲਿਵ ਦੇ ਬਣਦੇ ਇੰਡੀਆ ਦੇ 40 rupees। ਇਹਨਾਂ ਦੀ ਕਰੰਸੀ ਦੇ ਉੱਤੇ ਲਿਵ ਦਾ ਮਤਲਬ ਹੁੰਦਾ ਜਾਣੀ ਕਿ ਸ਼ੇਅਰ, ਜਾਣੀ ਕਿ ਲਾਈਨ। ਅਤੇ ਇਹਨਾਂ ਦੀ ਕਰੰਸੀ ਦੇ ਉੱਤੇ ਤਕਰੀਬਨ ਵੱਡੇ ਨੋਟ ਦੇ ਉੱਤੇ ਹਰੇਕ ਦੇ ਉੱਤੇ ਸ਼ੇਅਰ ਦਾ ਸਿੰਬਲ ਹੁੰਦਾ ਇਹਨਾਂ ਦਾ। ਮੇਰੇ ਕੋਲ ਇਹਨਾਂ ਦੇ 2 rupees ਇੱਥੋਂ ਦੇ, ਬਟ ਇਹਦੇ ਉੱਤੇ ਕਿਸੇ ਰਾਜੇ ਦੀ ਫੋਟੋ ਆ, ਜਿਹੜਾ ਕਿ ਰਾਜਾ 1722 ਦੇ ਵਿੱਚ ਪੈਦਾ ਹੋਇਆ ਸੀ। 1773 ਦੇ ਵਿੱਚ ਕੋਈ ਡੈਥ ਹੋ ਗਈ ਸੀ, ਬਟ ਅਜੇ ਵੀ ਕੋਈਨਾਂ ਦੇ ਉੱਤੇ ਰਾਜੇ ਦੀ ਫੋਟੋ ਲੱਗਦੀ ਆ। ਸੇਮ ਹੀ ਆ ਜਿਵੇਂ ਮਹਾਤਮਾ ਗਾਂਧੀ ਦੀ ਆਪਣੀ ਫੋਟੋ ਲੱਗਦੀ ਆ, ਉਹ ਰਾਜਾ ਤਾਂ ਨਹੀਂ ਸੀ ਬਟ ਫਿਰ ਵੀ ਫੋਟੋ ਲੱਗਦੀ ਆ। ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਬਲਗੇਰੀਆ ਦਾ ਮੈਟਰੋ ਸਟੇਸ਼ਨ ਆ। 2010 ਦੀ ਖੁਦਾਈ ਦੇ ਦੌਰਾਨ ਇੱਥੋਂ ਕੁਛ ਐਸੇ ਸਿੰਬਲਰ ਮਿਲੇ ਕਿ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਇਹ ਜੋ ਥੱਲੇ ਨਿਕਲਿਆ ਜਿਹੜਾ ਪੱਥਰ ਹੈ ਇਹ 1st century ਦਾ। ਫਿਰ ਇਹਨਾਂ ਨੇ ਇੱਦਾਂ ਇਹਨੂੰ ਕਵਰ ਕਰਤਾ, ਸਾਰੇ ਨੂੰ ਨਾ ਕਵਰ ਕਰਤਾ ਕਿ ਇਹ ਸੇਫ ਰਹੇ। ਅਤੇ ਮੈਟਰੋ ਸਟੇਸ਼ਨ ਇੱਥੋਂ ਚੇਂਜ ਕਰਕੇ ਉਹ ਸਾਹਮਣੇ ਜਿੱਥੇ ਗੋਲਡਨ ਲੇਡੀ ਆ ਤੁਸੀਂ ਸਾਹਮਣੇ ਦੇਖ ਸਕਦੇ ਆ, ਆਹ ਉੱਤੇ ਗੋਲਡਨ ਲੇਡੀ ਆ ਅਤੇ ਉਹ ਉੱਥੇ ਕਰਤਾ। ਉਹ ਸਟੇਸ਼ਨ ਦਾ ਨਾਮ ਆ ਸਦਰੀਕਾ। ਬਲਗੇਰੀਆ ਨੂੰ ਯੂਰਪ ਦੀ ਸਭ ਤੋਂ ਪੁਰਾਣੀ ਕੰਟਰੀ ਵੀ ਮੰਨਿਆ ਜਾਂਦਾ। ਉਹ ਮੈਟਰੋ ਸਟੇਸ਼ਨ 2010 ਦੀ ਖੁਦਾਈ ਦੇ ਦੌਰਾਨ ਉਹਨਾਂ ਨੇ ਕੋਈ ਸਿੰਬਲ ਲੱਭੇ, ਫਸਟੋ ਬੰਦ ਕਰ ਦਿੱਤਾ ਅਤੇ ਉਹਨਾਂ ਨਵਾਂ ਸਟੇਸ਼ਨ ਦੂਜੀ ਸਾਈਡ 'ਤੇ ਲੈ ਗਏ। ਇਹਨਾਂ ਚੀਜ਼ਾਂ ਸਾਂਭਲੀਆਂ ਯਾਰ ਆਪਣੇ ਪੰਜਾਬ 'ਚ, ਪਤਾ ਕੀ ਪੁਰਾਣਾ ਆਪਣੇ ਪੰਜਾਬ 'ਚ ਚੀਜ਼ਾਂ ਸਾਂਭਦੇ ਨੇ। ਆਪਣੇ ਕੋਲ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਆਪਣੇ ਕੋਲ ਕੋਈ 2000 ਪੁਰਾਣੀ ਚੀਜ਼ ਹੈਗੀ ਆ? ਮੈਨੂੰ ਨਹੀਂ ਲੱਗਦਾ ਹੈਗੀ ਆ। ਜੇ ਹੈਗੀ ਆ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਓ ਤੁਸੀਂ। ਅਤੇ ਇੱਧਰ ਰੈਸਟੋਰੈਂਟ ਆ, ਰੈਸਟੋਰੈਂਟ ਯਾਰ ਬਹੁਤ ਸੋਹਣੇ ਆ ਬਲਗੇਰੀਆ ਦੇ। ਬਾਕੀ ਤਕਰੀਬਨ ਯੂਰਪ ਦੇ ਸਾਰੇ ਸੋਹਣੇ ਆ, ਬਲਗੇਰੀਆ ਦੇ ਕਾਫੀ ਸੋਹਣੇ ਲੱਗੇ ਰੈਸਟੋਰੈਂਟ ਮੈਨੂੰ ਹੁਣ ਤੱਕ ਦਾ ਮੇਰਾ ਬੈਸਟ ਐਕਸਪੀਰੀਅੰਸ ਗਿਆ। ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਾਫੀ ਵੀਡੀਓ ਸ਼ੂਟ ਕੀਤੀਆਂ, ਬਟ ਮੈਂ ਰਿਹਾ 'ਚ 5 ਦਿਨ ਆ, ਮੈਂ ਵੀਡੀਓ 3 ਸ਼ੂਟ ਕੀਤੀਆਂ ਅਤੇ 3 ਵੀਡੀਓ ਦੇ ਵਿੱਚ ਇੱਥੋਂ ਦੀ ਨਾਈਟ ਲਾਈਫ ਵੀ ਐਕਸਪਲੋਰ ਕੀਤੀ ਆ। ਹਰ ਚੀਜ਼ ਦਿਖਾਈ ਆ ਯਾਰ ਤੁਸੀਂ ਦੇਖ ਸਕਦੇ ਆ, ਬਟ ਇੱਕ ਚੀਜ਼ ਮਿਸ ਆ, ਟ੍ਰੇਨਾਂ। ਮੇਰੇ ਕੋਲ ਇੱਥੇ ਦੀਆਂ ਟ੍ਰੇਨਾਂ ਨਹੀਂ ਦਿਖਾ ਹੋਈਆਂ, ਬਟ ਉਦਾਂ ਮੈਂ ਦੇਖਿਆ ਸੀ ਟ੍ਰੇਨਾਂ ਬਹੁਤ ਪੁਰਾਣੀਆਂ ਇੱਥੇ ਚੱਲਦੀਆਂ, ਤਕਰੀਬਨ 6-700 ਪਹਿਲਾਂ ਜਿਹੜੀਆਂ ਟ੍ਰੇਨਾਂ ਸੀ ਉਹ ਅਜੇ ਵੀ ਮਿਲ ਜੂਗੀਆਂ। ਕੁਝ ਟ੍ਰੇਨਾਂ ਨਵੀਆਂ ਵੀ ਆ, ਕੁਝ ਪੁਰਾਣੀਆਂ ਵੀ ਆ। ਇੱਥੇ ਇੱਕ ਨਾ ਬੰਬ ਧਮਾਕਾ ਹੋਇਆ ਸੀ, ਜਾਣੀ ਕਿ ਨਾ ਇੱਥੇ ਪਹਿਲਾਂ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ, ਰੋਮ ਅੰਪਾਇਰ ਸੀ ਉਸ ਟਾਈਮ 'ਤੇ। ਤੂਫਾਨ ਦਾ ਨਾਂ ਦੇ ਕੇ ਇਹਨਾਂ ਨੇ ਵਿਸਫੋਟ ਕੀਤਾ, ਜਿਹਦੇ ਵਿੱਚ ਕਿ ਇੱਥੋਂ ਦੀਆਂ ਸਾਰੀਆਂ ਮਸਜਿਦਾਂ ਢਾ ਦਿੱਤੀਆਂ ਗਈਆਂ। ਉਹਨਾਂ 'ਚੋਂ ਇੱਕ ਮਸਜਿਦ ਬਚੀ ਆ, ਔਰ ਇੱਕ ਜਿਹੜੀ ਮੇਨ ਬਚੀ ਆ ਉਹ ਕੁਝ ਮੁਸਲਮਾਨ ਇੱਥੇ ਹੈਗੇ ਸੀ ਉਹਨਾਂ ਦਾ ਕਰਕੇ ਬਚ ਗਈ। ਇਹ ਉਹ ਇਕਲੌਤੀ ਮਸਜਿਦ ਆ ਜਿੱਥੇ ਅੱਜ ਵੀ ਨਮਾਜ਼ ਪੜ੍ਹੀ ਜਾਂਦੀ ਆ, ਅੱਜ ਵੀ ਸਭ ਕੁਝ ਹੁੰਦਾ। ਬਾਕੀ ਤੁਸੀਂ ਉਹ ਇੱਕ ਉੱਧਰ ਦੇਖ ਸਕਦੇ ਆ, ਉਹਨੂੰ ਸੁਪਰ ਮਾਰਕੀਟ ਦਾ ਰੂਪ ਦੇ ਦਿੱਤਾ ਗਿਆ। ਉਹਦੇ ਪਿੱਛੇ ਜਿਹੜਾ ਤੁਸੀਂ ਦੇਖ ਸਕਦੇ ਆ ਉਹ ਚਰਚ ਬਣਾ ਦਿੱਤੀ ਗਈ। ਅਤੇ ਆਹ ਦੇਖੋ, ਆਹ ਵੀ ਮੈਟਰੋ ਦਾ ਇੱਕ ਸਿੰਬਲ ਆ ਇਹ ਸਾਰੇ।
ਤੇ ਇੱਥੋਂ ਲੈ ਕੇ ਆਓ ਤਕਰੀਬਨ ਉੱਧਰ ਤੱਕ ਸਾਰੇ ਇਹਨਾਂ ਨੇ ਕਲੋਜ਼ ਹੀ ਕਰ ਦਿੱਤਾ। ਫਿਰ ਤੁਸੀਂ ਦੇਖ ਸਕਦੇ ਹਾਂ ਥੱਲੇ ਵੀ ਜਾ ਕੇ ਦੇਖ ਸਕਦੇ ਹਾਂ, ਬਟ ਸੇਮ ਹੀ ਵਿਊ ਆ, ਕੋਈ ਐਡਾ ਖਾਸ ਨਹੀਂ। ਜਾਣੀ ਕਿ ਪੱਥਰ ਇਹ 1 ਸੈਂਚਰੀ ਦਾ। ਮਸਜਿਦ ਦੇ ਨਾਲ ਹੀ ਇੱਕ ਛੋਟੀ ਜਿਹੀ ਪਾਰਕ ਬਣੀ ਆ, ਕਾਫੀ ਸੋਹਣੀ ਆ ਵੀ ਪਾਰਕ। ਇੱਥੇ ਸ਼ਾਮ ਨੂੰ ਲੋਕ ਬਹਿੰਦੇ ਆ, ਆਪਣਾ ਇੰਜੋਏ ਕਰਦੇ ਆ। ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਸੋਫੀਆ ਦਾ ਮਿਊਜ਼ੀਅਮ ਆ, ਜਿੱਥੇ ਸੋਫੀਆ ਦੀ ਸਾਰੀ ਹਿਸਟਰੀ ਰੱਖੀ ਗਈ ਆ। ਹੁਣੇ ਬੰਦ ਹੋ ਗਿਆ ਕਿਉਂਕਿ ਮੈਂ ਲੇਟ ਹੋ ਗਿਆ। ਇਹ ਦਿਨੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਹੁੰਦਾ। ਤੁਸੀਂ ਸੋਚਦੇ ਹੁਣ ਯਾਰ ਮੈਂ ਇੰਨੀ ਕਾਹਲੀ ਕਿਉਂ ਬੋਲਣ ਦਿਆਂ। ਕਾਹਲੀ ਮੈਂ ਤਾਂ ਬੋਲਣ ਦਿਆਂ ਕਿਉਂਕਿ ਹੁਣ ਰਾਤ ਦੇ 8:30 ਤੋਂ ਲੈ ਕੇ 9 ਵੱਜ ਗਏ, ਮੈਂ ਟਾਈਮ ਦੇਖਿਆ ਨਹੀਂ ਹਜੇ। ਅਤੇ ਮੈਂ ਹੁਣੇ ਆਇਆ ਸੀ ਜਸਟ 500-600 ਕਿਲੋਮੀਟਰ ਤੋਂ, ਮੇਰਾ ਗਲਾ ਆਲਰੇਡੀ ਬਹੁਤ ਥੱਕਿਆ ਪਿਆ ਵਾ, ਬਟ ਹੁਣ ਹਨੇਰਾ ਹੋਣ ਵਾਲਾ ਅਤੇ ਮੈਂ ਸ਼ੂਟ ਕਰਨਾ ਸੀ, ਜ਼ਿਆਦਾ ਸ਼ੂਟ ਕਰਨਾ ਸੀ, ਸੋ ਮੈਂ ਤੇਜ਼ ਤੇਜ਼ ਸ਼ੂਟ ਕਰ ਰਿਹਾ, ਇਸ ਲਈ ਮੈਂ ਤੇਜ਼ ਤੇਜ਼ ਬੋਲ ਰਿਹਾ। ਅਤੇ ਗਲਤੀ ਸ਼ਲਤੀ ਮਾਫ ਕਰਿਓ, ਇਹ ਮੇਰਾ ਪਹਿਲਾ ਅਫੀਸ਼ੀਅਲੀ ਟ੍ਰਿਪ ਸੀ ਜੋ ਕਿ ਮੈਂ ਸਿਰਫ ਅਤੇ ਸਿਰਫ ਮੈਂ ਵਲੋਗਿੰਗ ਲਈ ਕੀਤਾ ਸੀ, ਬਟ ਇੱਥੇ ਮੇਰਾ ਇੱਕ ਫਰੈਂਡ ਸੀ, ਤੁਸੀਂ ਦੇਖਿਆ ਹੋਣਾ ਵਲੋਗ ਦੇ ਵਿੱਚ, ਉਹ ਫਰੈਂਡ ਬਣ ਗਿਆ, ਫਿਰ ਮੈਂ ਉਹਨਾਂ ਇੰਜੋਏ ਕਰਨ ਲੱਗ ਪਿਆ ਅਤੇ ਹੁਣ ਸ਼ੂਟ ਕਰ ਰਿਹਾ। ਇੱਥੋਂ ਦੀ ਟਰਾਮ ਆ ਯਾਰ, ਇੱਥੇ ਕਿੰਨਾ ਟਰਾਮ ਆ ਜਿਹੜੀ ਕਿ 15 ਨੰਬਰ ਟਰਾਮ ਆ, ਟਰਾਮ ਦਾ ਨੰਬਰ ਜਿੱਦਾਂ ਕਿ ਇਹ 12 ਨੰਬਰ ਟਰਾਮ ਆ, ਉਹ ਇੰਨੀ ਤੇਜ਼ ਚੱਲਦੀ, ਤੁਸੀਂ ਭੱਜ ਕੇ ਚੜ੍ਹਨਾ, ਭੱਜ ਕੇ ਉਤਰਨਾ, ਜਿਹੜਾ ਬੰਦਾ ਭੱਜ ਨਹੀਂ ਸਕਦਾ ਉਹਦੇ ਵਿੱਚ ਨਹੀਂ ਚੜ੍ਹ ਸਕਦਾ, ਉਹ ਫ੍ਰੀ ਆਫ ਕੋਸਟ ਆ ਬਿਲਕੁਲ, ਉਹਦੇ ਵਿੱਚ ਕੋਈ ਟਿਕਟ ਨਹੀਂ ਲੱਗਦੀ, ਕੋਈ ਤੁਹਾਨੂੰ ਚੈੱਕ ਨਹੀਂ ਕਰਦਾ। ਹੁਣ ਮੈਂ ਤੁਹਾਨੂੰ ਦੱਸਦਾ ਬਲਗੇਰੀਆ ਦੀ ਸਭ ਤੋਂ ਮੇਨ ਗੱਲ, ਬਲਗੇਰੀਆ ਦੇ ਵਿੱਚ ਅੱਜ ਵੀ ਤੁਸੀਂ ਪੈਸੇ ਦੇ ਕੇ ਆਪਣਾ ਵਿਆਹ ਕਰ ਸਕਦੇ ਹਾਂ, ਜਾਣੀ ਕਿ ਆਪਣੀ ਵਾਈਫ ਖਰੀਦ ਸਕਦੇ ਹਾਂ। ਇਹ ਇੱਕ ਫੈਸਟੀਵਲ ਹੁੰਦਾ, ਇਹ ਜਿਪਸੀ ਕਮਿਊਨਿਟੀ ਦਾ ਫੈਸਟੀਵਲ ਹੁੰਦਾ, ਇਹ ਇੱਕ ਪਿੰਡ ਆ ਉੱਥੇ ਹੁੰਦਾ, ਮੈਨੂੰ ਨਾਂ ਪ੍ਰੋਨਾਊਂਸ ਨਹੀਂ ਕਰਨਾ ਆਉਂਦਾ, ਮੈਂ ਇੱਥੇ ਮੈਂਸ਼ਨ ਕਰ ਦੂੰਗਾ। ਉੱਥੇ ਕੀ ਹੁੰਦਾ, ਤੁਸੀਂ ਅੱਜ ਵੀ ਬੋਲੀ ਲੱਗਦੀ ਆ, ਜਾਣੀ ਕਿ $20,000 ਤੋਂ ਸ਼ੁਰੂ ਹੋ ਜਾਂਦੀ ਆ ਬੋਲੀ, ਐਂਡ ਡਿਪੈਂਡ ਕਰਦਾ ਕਿ ਔਰਤ ਕਿੱਦਾਂ ਦੀ ਆ, ਉਸ ਹਿਸਾਬ ਨਾਲ ਬੋਲੀ ਲਗਾਈ ਜਾਂਦੀ ਆ। ਤੁਸੀਂ ਖਰੀਦ ਸਕਦੇ ਹਾਂ, ਬਟ ਉਹਦੇ ਵਿੱਚ ਇੱਕ ਕੰਡੀਸ਼ਨ ਆ ਕਿ ਤੁਹਾਡੇ ਕੋਲ ਸਿਟੀਜ਼ਨਸ਼ਿਪ ਬਲਗੇਰੀਆ ਦੀ ਹੋਣੀ ਚਾਹੀਦੀ ਆ, ਤੁਹਾਡੇ ਕੋਲ ਹੋਰ ਸਿਟੀਜ਼ਨਸ਼ਿਪ ਆ ਤੁਸੀਂ ਨਹੀਂ ਖਰੀਦ ਸਕਦੇ। ਅਤੇ ਮੈਂ ਕੋਸ਼ਿਸ਼ ਕੀਤੀ ਸੀ ਇਹ ਕਵਰ ਕਰਨ ਦੀ, ਬਟ ਇਹ ਕਵਰ ਨਹੀਂ ਹੋ ਸਕਦਾ ਕਿਉਂਕਿ ਇਹ ਫੈਸਟੀਵਲ ਫਰਵਰੀ ਦੇ ਦੌਰਾਨ ਹੁੰਦਾ ਵਾ, ਫਰਵਰੀ ਦੇ ਐਂਡ ਮਾਰਚ ਦੇ ਫਰੰਟ ਨੂੰ ਹੁੰਦਾ ਵਾ। ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਲਗੇਰੀਆ ਦਾ ਸੈਂਟਰ ਏਰੀਆ, ਕਾਫੀ ਸੋਹਣਾ ਹੈ ਵੀ। ਸਾਹਮਣੇ ਇੱਕ ਹੋਟਲ ਆ, ਇਧਰਲੀ ਸਾਈਡ 'ਤੇ ਇਹਨਾਂ ਦਾ ਪਾਰਲੀਮੈਂਟ ਆ ਬਲਗੇਰੀਆ ਦਾ। ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਲਗੇਰੀਆ ਦਾ ਥੀਏਟਰ ਆ, ਜਾਣੀ ਕਿ ਇੱਥੇ ਨਾਟਕ ਹੁੰਦੇ ਆ, ਜਾਣੀ ਕਿ ਡਰਾਮਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਅਤੇ ਕਾਫੀ ਸੋਹਣਾ ਯਾਰ, ਕਾਫੀ ਪਿਆਰਾ। ਇਧਰਲੀ ਸਾਈਡ 'ਤੇ ਪਾਰਕ ਆ, ਬਹਿਣ ਲਈ ਕਾਫੀ ਜਗ੍ਹਾ ਵਾ, ਲੋਕ ਸ਼ਾਮ ਨੂੰ ਬਹਿ ਕੇ ਇੰਜੋਏ ਕਰਦੇ ਆ। ਦੇਖੋ ਕਾਫੀ ਸੋਹਣਾ ਲੱਗਾ ਯਾਰ ਬਲਗੇਰੀਆ। ਘੁੰਮ ਫਿਰ ਕੇ ਆ ਕੇ ਯਾਰ ਗੱਡੀ ਦੇ ਵਿੱਚ ਆ ਗਏ, ਅਤੇ ਆਈਫੋਨ ਵੀ ਜਵਾਬ ਦੇ ਗਿਆ, ਕੁਆਲਿਟੀ ਤੁਸੀਂ ਦੇਖ ਸਕਦੇ ਹਾਂ। ਅਤੇ ਕਿੱਦਾਂ ਲੱਗੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨਵੇਂ ਕਿਸੇ ਵੀਡੀਓ ਦੇ ਵਿੱਚ।